मैं होना दरबारा सिंह का, दरबारा सिंह का बेटा बड़ा हा। हाँ जी हाँ जी, छोटा बेटा जी। अच्छा, ये अपना वीरू ते शराबा टाए लगते साढ़े माता हाडी है, माता हाडी। मैं शराबे दी चाची हां। सरदार मिल्खा सिंह दी नूह ने, मिल्खा सिंह दी नूह। हां जी, ਤੁਹੀ ਕੋ ਚਿੱਠੀ ਚੁੱਠੀ ਪਾ ਲਿਆ ਕਰੋ ਸਾਨੂੰ। ਆਉਂਦੀ ਰਹੀ ਪਾਪਾ ਜੀ ਦੇ ਰਹੀ ਹਾਂ। ਪਾਪਾ ਦੇ ਪੂਰਾ ਹੋ ਗਿਆ ਤੇ ਮੈਂ ਵੀ ਤੁਹੀ ਤੇ ਛੱਡ ਕੇ ਟੁਰ ਗਏ ਸਾਨੂੰ। ਛੱਡਣ ਦਾ ਨਹੀਂ ਜੀ ਕਰਦਾ ਪਰ ਮਜਬੂਰੀ ਸੀ ਵੱਡਿਆਂ ਦੀ। ਹੋਰ ਪਾਪਾ ਜੀ ਦਾ ਇੰਨਾ ਯਾਦ ਕਰਦੇ ਰਹੇ ਨਾ ਤੁਹਾਨੂੰ ਚਿੱਠੀਆਂ ਪਾਉਣੀਆਂ। ਇੱਕ ਵਾਰੀ ਵਿਆਹ ਸੀ ਤਾਂ ਵੀ ਕਹਿੰਦੇ ਮੈਂ ਜਾਣਾ ਪਾਸਪੋਰਟ ਬਣਾਇਆ ਪਰ ਵਿਚਾਰਿਆਂ ਨੂੰ ਵੀਜ਼ਾ ਹੀ ਨਹੀਂ ਲੱਗਾ ਉਦੋਂ। ਯਾਦ ਕਰਦੇ ਰਹੇ, ਇੰਨਾ ਯਾਦ ਕਰਦੇ ਰਹੇ ਨੇ ਬਹੁਤ ਜ਼ਿਆਦਾ। ਮੌਕਾ ਹੀ ਨਹੀਂ ਮਿਲਿਆ ਉਹਨਾਂ ਨੂੰ। ਦਾਦਾ ਤੁਹਾਡੇ ਦਾਦਾ ਵਧਾਵਾ ਸਿੰਘ ਦੀ ਭਤੀਜ ਨੂੰ ਅਜੇ ਹੈ ਹਯਾਤ ਨੇ, ਇਹ ਸਾਹਮਣੇ ਬੈਠੇ ਨੇ। ਇਹ ਦੇਖਿਆ ਤੁਸੀਂ ਉਹਨਾਂ ਨੂੰ? ਆ ਦੇਖੋ, ਇਹ ਭਤੀਜ ਨੂੰ, ਭਤੀਜ ਨੂੰ ਹੈ ਵਧਾਵਾ ਸਿੰਘ ਦੀ। ਲਾਗੇ ਜਾ ਕੇ ਨਹੀਂ ਕਰੇ ਇਹਦੇ ਨਿਆਣੇ ਦੇ ਆਉਣੇ ਘਰ ਚਾ ਛੇੜੀ ਹੈ ਇਹ ਰਹੀ ਕੋਈ ਚੱਬਰ ਸਾਂ ਤੱਕ ਜਿਹੜੇ ਨਿਕਲ ਨਿਕਲ ਕੇ ਨਿਖੜ ਪੁਖੜ ਕੇ ਬਹਿ ਗਏ। ਹੋਰ ਸੌ ਸਾਲ ਪਿੱਛੋਂ ਮੇਰੇ ਨੇ ਕਿੰਨੇ ਚਿਰਾਂ ਚਿਹਰਾ ਪਾਸ, ਕਿੰਨੇ ਚਿਰਾਂ ਪਾਸ ਦਰਸ਼ਨ ਹੋਏ ਸਾਡੇ, ਚਿਹਰਾ ਉਹਨਾਂ ਦਾ ਵੇਖ ਲਿਆ। ਆਪਣਾ ਨੰਬਰ ਦੇ ਦਿਓ। ਦੇਣ ਲੱਗੇ ਸਤਿ ਸ੍ਰੀ ਅਕਾਲ। ਆਪਣੀ ਸੱਸ ਨਾਲ ਗੱਲ ਕਰ ਲਓ। ਹਾਂ ਇਹ ਤੁਹਾਡੀ ਸੱਸ ਹੈ, ਮੈਨੂੰ ਕਿਹੜਾ ਸੁਣੀ ਜਾਣੀ ਹੈ। ਹੈਲੋ ਮਾਤਾ, ਕਹਿੰਦੇ ਮਾਤਾ ਜੀ ਕੀ ਹਾਲ? ਹਾਂ ਕਾ ਠੀਕ ਆ, ਮੈਂ ਵੀ ਕਹਿੰਦੀ ਠੀਕ ਆ। ਤੁਸੀਂ ਸੁਣਾ ਆਪਣੇ? ਤੋਂ ਬਾਅਦ ਤੁਹਾਨੂੰ ਮੈਂ ਕਾਲ ਕਰਾਂਗਾ ਤੇ ਫਿਰ ਤੁਹਾਡੇ ਨਾਲ ਪ੍ਰੋਗਰਾਮ ਬਣਾਉਂਦੇ ਆ ਉੱਥੇ ਸ਼ਕਰਗੜ੍ਹ ਦਾ ਮੇਲਾ ਲੱਗਦਾ ਬਾਰਡਰ ਤੇ। ਅੱਛਾ ਜੀ, ਕਰਤਾਰਪੁਰ। ਅੱਛਾ, ਹੈਲੋ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਠੀਕ ਠਾਕ ਵਧੀਆ, ਤੁਸੀਂ ਸੁਣਾਓ? ਮੈਂ ਹੁਣ ਦਰਬਾਰਾ ਸਿੰਘ ਦਾ, ਦਰਬਾਰਾ ਸਿੰਘ ਦਾ ਬੇਟਾ ਵੱਡਾ ਹਾਂ। ਹਾਂਜੀ ਹਾਂਜੀ, ਛੋਟਾ ਬੇਟਾ ਜੀ। ਅੱਛਾ, ਇਹ ਆਪਣਾ ਵੀਰੂ ਤੇ ਸ਼ਰਾਬਾ ਟਾਏ ਲੱਗਦੇ ਸਾਡੇ। ਅੱਛਾ, ਹਾਂਜੀ ਵਧਾਵਾ ਸਿੰਘ, ਵਧਾਵਾ ਸਿੰਘ ਦੇ ਦੋ ਪੁੱਤਰ ਸਨ ਤੁਸੀਂ ਸਾਨੂੰ ਦੱਸਿਆ ਸੀ ਨਾ? ਹਾਂਜੀ, ਤੇ ਵੀਰੂ। ਹਾਂਜੀ,
ਮੰਮੀ ਸਾਡੀ ਗੱਲ ਨਾਲ ਗੱਲ ਕਰੇ, ਇਹਨਾਂ ਨੂੰ ਪਤਾ ਮੰਮੀ ਸਾਡੀ ਨੂੰ ਮਾਤਾ ਸਾਡੀ ਆ, ਮਾਤਾ ਸਾਡੀ ਮੈਂ ਸ਼ਰਾਬੇ ਵਾਂਦੀ ਚਾਚੀ ਆ, ਹਾਂ ਚਾਚੀ ਆ ਉਹਨਾਂ ਦੀ ਸ਼ਰਾਬੇ ਤਬੀਰ ਦੀ। ਦਰਬਾਰਾ ਸਿੰਘ ਘਰੋਂ? ਦਰਬਾਰਾ ਸਿੰਘ ਦੇ ਘਰੋਂ? ਦਰਬਾਰਾ ਸਿੰਘ ਦੇ ਘਰੋਂ, ਹਾਂ। ਹੋਰ ਮਿਲਖਾ ਸਿੰਘ ਦੇ ਪੋਤਰੇ ਆ, ਸ਼ਾਮ ਸਿੰਘ, ਸ਼ਾਮ ਸਿੰਘ ਦੇ ਪੜੋਤੜੇ। ਹਾਂਜੀ, ਕਹਿੰਦੇ ਬਹੁਤਾ ਜਾਣਦੇ ਹੋ ਕਹਿੰਦੇ ਸ਼ਾਮਾ ਸਿੰਘ ਨੂੰ? ਦਾਦਾ ਸੀ ਨਾ ਦਰਬਾਰਾ ਸਿੰਘ ਦਾ, ਉਹ ਦਰਬਾਰਾ ਸਿੰਘ ਦਾ ਦਾਦਾ ਸੀ, ਸਾਡਾ ਸੀ ਦਾਦਾ ਮੁਲਖਾ, ਆਪਣਾ ਮੁਲਖਾ ਸਿੰਘ ਮੁਲਖਾ। ਹਾਂਜੀ, ਵਧਾਵਾ ਸਿੰਘ। ਅੱਛਾ ਜੀ, ਠੀਕ ਆ। ਸਾਡਾ ਇੱਥੇ ਵਾਹਵਾ ਪਰਿਵਾਰ ਬੈਠਾ ਸੀ, ਅਤੇ ਕੋਈ ਸ਼ਿੰਗਾਰੇ ਹੋਰੀ ਨੇ, ਪਿਆਰੇ ਹੋਰੀ ਨੇ ਉਹਨਾਂ ਚੋਂ, ਸਾਡੇ ਪਰਿਵਾਰ ਚੋਂ। ਇਹ ਮਿਲਖਾ ਸਿੰਘ, ਵਧਾਵਾ ਸਿੰਘ ਭਰਾ ਸਨ ਆਪਸ 'ਚ? ਹਾਂਜੀ, ਸੱਕੇ ਭਰਾ ਸਨ। ਹਾਂ, ਠੀਕ ਹੈ। ਹਾਂਜੀ, ਅੱਛਾ ਜੀ, ਹਿੰਦੁਸਤਾਨ ਦਾ, ਸਾਡਾ ਇੱਧਰ ਦਾ ਜਨਮ ਹੈ, ਸਾਡਾ ਉੱਧਰ ਦਾ ਹੈ ਨੀਗਾ, ਪਾਕਿਸਤਾਨ ਦਾ ਨੀਗਾ, ਮੇਰਾ ਮੇਰਾ ਇੱਧਰ ਦਾ ਹੀ ਹੈ। ਇਹ ਮੇਰਾ ਉਦੋਂ ਵਿਆਹ ਹੋਇਆ ਹੀ ਸੀ, ਤਾਂ ਆ ਗਏ ਸਾਂ ਉਸੇ ਸਾਲ 'ਚ। ਤੁਹਾਡੇ ਪਿੰਡ ਵਿਆਹ ਕੇ ਆਏ ਸਨ ਤੇ ਪਾਕਿਸਤਾਨ ਬਣ ਗਿਆ? ਉਦੋਂ ਪਾਕਿਸਤਾਨ ਬਣਿਆ, ਮਹੀਨਾ ਦੋ ਮਹੀਨੇ ਰਹੇ ਸਾਰੇ ਉੱਧਰ। ਹਾਲ 'ਚ ਵਿਆਹ ਹੋਇਆ ਤੇ ਅੱਗੋਂ ਨਿਕਲ ਆਏ। ਕੈਲੀ? ਹਾਂ ਹਾਂ, ਤੁਹਾਡਾ ਪੁੱਛਦੇ ਕੈਲੇ ਪਿੰਡ ਸੀ? ਪਿੰਡ ਕਹਿੰਦੇ ਕੈਲੇ ਸੀ, ਮੇਰਾ ਪੇਕੇ ਪਕਾਏ ਸਨ ਤੇ ਸਹੁਰੇ ਗੱਜ, ਪੇਕੇ ਕੈਲੇ ਸਹੁਰੇ ਗੱਜ। ਹਾਂ, ਇਹ ਸਰਦਾਰ ਮਿਲਖਾ ਸਿੰਘ ਦੀ ਨੂੰਹ ਨੇ, ਮਿਲਖਾ ਸਿੰਘ ਦੀ ਨੂੰਹ। ਹਾਂਜੀ, ਹਾਂਜੀ, ਇਹ ਗੱਜ ਆਇਆ, ਇਹ ਆਵਾਜ਼ ਨਹੀਂ ਆਉਂਦੀ, ਆਵਾਜ਼ ਨਹੀਂ ਆਉਂਦੀ, ਠੀਕ ਆ। ਗੱਜ 'ਚ ਬੈਠੇ ਹਾਂ ਕਹਿੰਦੇ ਨੇ, ਆਹੋ ਗੱਜ ਹੀ ਹੈ ਨਾ, ਗੱਜ ਗੱਜ ਤੋਂ ਬੋਲੋ ਜਿੱਥੇ ਵਧਾਵਾ ਸਿੰਘ ਹੈ। ਹਾਂਜੀ, ਜ਼ਿਲ੍ਹਾ ਹੁਸ਼ਿਆਰਪੁਰ ਸਾਡਾ, ਡਾਕਖਾਨਾ। ਹਾਂਜੀ, ਹਾਂਜੀ, ਸ਼ਰੀਫਪੁਰ ਸੀ ਉਹਦੇ, ਸ਼ਰੀਫਪੁਰ ਦੇ ਪਿੰਡ ਸਾਡਾ ਮੀਆਂ ਦਾ ਰਹਿੰਦੇ ਸੀ ਸ਼ਰੀਫਪੁਰ, ਪਾਪਾ ਅਡਰੈਸ ਮੀਆਂ ਪਿਆ ਸ਼ਰੀਫਪੁਰ ਦਾ ਜਿੰਦਾ ਰਿਹਾ। ਸੰਗਰੂਰ ਦਾ ਉਹ ਵੀ ਸਾਡੇ ਪਰਿਵਾਰ ਚੋਂ ਹੀ ਨੇ, ਆਪਣੇ ਚੋਂ ਸੱਕੇ ਹੀ ਨੇ ਸਾਡੇ, ਉਹ ਵੀ ਸੱਕੇ ਹੀ ਨੇ ਸੰਗਰੂਰ ਵਾਲੇ, ਸੰਗਰੂਰ ਵਾਲੇ ਜਿਹੜੇ ਨੇ ਆਪਣਾ ਕਰਤਾਰ ਸਿੰਘ, ਨਹੀਂ ਨਹੀਂ ਉਹ ਚਾਚਾ ਲੱਗਦਾ ਸਾਡਾ। ਹਾਂ, ਤੇ ਸੰਗਰੂਰ ਦੇ ਵਿੱਚ ਹੋਰ ਵੀ ਚਾਚਾ ਚਾਚੇ ਪਾਏ ਤੇ ਬੈਠੇ ਨੇ, ਪਰ ਕੀ ਨਾਂ ਆਪਣਾ ਨਾਂ ਉਹਨਾਂ ਦਾ ਭੁੱਲ ਗਿਆ, ਸੀਟਾਂ ਵਾਲੇ ਉੱਥੇ ਬੈਠੇ। ਹਾਂਜੀ, ਘਰ ਬਾਰ ਠੀਕ ਠਾਕ ਹੈ ਕਹਿੰਦੇ? ਹਾਂਜੀ, ਘਰ ਬਾਰ ਠੀਕ ਹੈ, ਵਧੀਆ।
दो भरावा ही दरबारा सिंह मुंडे दो ही जरनैल सिंह का परिवार ही है वे मुंडे का दरबारा सिंह का वड्डा मुंडा जरा दूजे का घर इधर बलवीर सिंह का नाम अहीं दो भरा वा ना दरबारा सिंह के मुंडे दो अहीं आखो इधर आओ घर सरदार दरबारा सिंह नूह ने उन्होंने बेटे की घरों पासपोर्ट बनाया पर बेचारे वीजा ही नहीं लगा उदो हां जी पता नहीं केड़े भाजी का विआह है चार बेटे ने अच्छा जी वीरू वीरू कहते हैं वीर सिंह जी ओदे दो ही पुत्र हां जी छोटा मैं वा वड्डा जी जमीन तुम छड़ के आए ओ रह रहे आहो अपने परिवार को याद करते रहे इना याद करते रहे बहुत ज्यादा मौका ही नहीं मिले उन्होंने न्याणे सारे परिवार ठीक ठाक है इत्थे कृपा करके कि महीने क्या तू माता थोड़ी
ਔਰ ਵਾਲਦਾ ਕਹਿੰਦੇ ਨੇ ਵਾਲਦਾ ਵਾਲਦਾ ਵਾਲਦ ਵੀ ਬਹੁਤ ਹੋ ਗਿਆ ਵਾਲਦਾ ਵੀ ਵੀਰ ਸਿੰਘ ਵੀ ਹੋ ਗਿਆ ਫੌਤ ਤੇ ਵੀਰ ਸਿੰਘ ਦੀ ਘਰੋਂ ਵੀ ਸਾਰੇ ਫੌਤ ਅੱਛਾ ਜੀ ਇੱਧਰ ਹੈਗੇ ਨੇ ਸਿਰਫ ਇਹੋ ਨੇ ਦਰਬਾਰਾ ਸਿੰਘ ਦੇ ਕਰਤਾਰ ਸਿੰਘ ਇਹ ਹੈਗੇ ਨੇ ਬਾਕੀ ਯਾਰਾਂ ਵੀ ਚਲਾ ਗਿਆ ਉਹਨਾਂ ਦੇ ਘਰੋਂ ਵੀ ਚਲੇ ਗਈ ਆ ਤੇ ਇੱਕ ਸ਼ਿੰਗਾਰਾ ਸਿੰਘ ਸੀ ਤੇ ਇੱਕ ਪਿਆਰਾ ਸਿੰਘ ਸ਼ਿੰਗਾਰਾ ਸਿੰਘ ਪਿਆਰਾ ਸਿੰਘ ਦੂਜਾ ਇਹ ਦੂਜੇ ਭਰਾ ਜਿਹੜਾ ਸੀ ਬਚਨ ਸਵਰਨ ਇਹ ਚਾਰ ਭਰਾ ਹਨ ਸਾਡੇ ਦਾਦੇ ਜਿਹੜੇ ਨੇ ਇਹਨਾਂ ਦੀ ਲਾਦ ਸੀ ਗਾਂ ਤੇ ਦੂਹ ਦੀ ਇੱਥੇ ਆਈ ਹੈ ਤਿੰਨਾਂ ਦੀ ਲਾਈ ਲਾਦ ਇੱਥੇ ਆਈ ਹੈ ਨਾ ਤਿੰਨਾਂ ਭਰਾਵਾਂ ਦੀ ਲਾਦ ਇੱਥੇ ਆ ਸਾਡੇ ਕੋਲ ਇੱਥੇ ਠੀਕ ਆ ਇਹ ਤੁਸੀਂ ਇਕੱਲੇ ਰਹਿ ਗਏ ਇੱਥੇ ਹੁਣ ਆਵਾਜ਼ ਚੱਲਦੀ ਆ ਚੱਲਦੀ ਨਹੀਂ ਆਵਾਜ਼ ਹੀ ਬੰਦ ਹੋ ਗਈ ਨਾ ਹੱਥ ਲੱਗ ਗਿਆ ਆਵਾਜ਼ ਤਾਂ ਫੁੱਲ ਆ ਪੁੱਛੋ ਤੁਹਾਡੇ ਕਿੰਨੇ ਲੜਕੇ ਆ ਗਏ ਹਾਂ ਆ ਰਹੀ ਆਵਾਜ਼ ਹਾਂ ਇਹ ਉਹਨਾਂ ਦੀ ਭਤੀਜ ਨੂੰ ਬੱਚੇ ਵਿਖਾਓ ਬੱਚੇ ਵਿਖਾਓ ਸਾਨੂੰ ਸਾਰੇ ਬੱਚੇ ਵਿਖਾਓ ਸਾਰੇ ਹੀ ਸਾਰੇ ਜੀ ਵਿਖਾ ਲਓ ਸਾਰੇ ਵਿਖਾਓ ਸਾਰੇ ਹੀ ਹੈਂ ਆਹੋ ਚਲੋ ਦਿਖਾ ਦਿਓ ਸਾਰੇ ਨਾਲ ਸਦੋ ਇੱਧਰ ਵੇਖ ਲਓ ਸੰਤਾਲੀ ਚ ਨਿਕਲ ਗਏ ਸਾਰੇ ਹਾਂ ਇੱਕੋ ਘਰ ਇਹ ਦਿਖਾਣ ਦੇ ਨੇ ਸਾਰਿਆਂ ਨੂੰ ਕੈਮਰਾ ਮਾਰ ਰਿਹਾ ਸਾਫ ਨੀ ਆ ਰਹੀ ਫੋਟੋ ਨਹੀਂ ਆਊਗੀ ਆਓ ਮਾਰੋ ਕੈਮਰਾ ਜਰਾ ਨਿਕਲ ਫੁਕਲ ਕੇ ਬਹਿ ਗਏ ਸੌ ਸਾਲ ਪਿੱਛੋਂ ਮੇਰੇ ਨੇ ਕਿੰਨੇ ਚਿਰਾਂ ਚਿਹਰਾ ਪਾਸ ਕਿੰਨੇ ਚਿਰਾਂ ਪਾਸ ਦਰਸ਼ਨ ਹੋਏ ਸਾਡੇ ਆਹੋ ਅੱਛਾ ਕਾਦੀਆਂ ਨੀ ਆਉਂਦੇ ਤੁਸੀਂ ਮੇਰੇ ਨੀ ਕਾਦੀਆਂ ਆਉਂਦੇ ਕਾਦੀਆਂ ਪੰਜਾਬ ਚ ਕਾਦੀਆਂ ਜਿਹੜੀਆਂ ਮੇਲਾ ਬਣਾ ਹੁੰਦਾ ਉੱਥੇ ਮੇਲਾ ਉੱਥੇ ਦੂਜੇ ਆਉਂਦੇ ਨੇ ਸ਼ੀਆ ਇਹ ਸੁਣੀ ਨੇ ਮੇਰੇ ਪਾਪਾ ਜਾਂਦਾ ਰਿਹਾ ਉਹਦਾ ਵੇਖਣ ਕਈ ਵਾਰੀ ਅੱਛਾ ਸ਼ਾਇਦ ਜੀ ਮੇਲੇ ਪਾ ਨਹੀਂ ਉੱਥੇ ਨਹੀਂ ਆਉਂਦੇ ਉਹ ਆਉਣੇ ਸਰੰਦ ਤੇ ਸਰੰਦ ਆ ਜਾਣਾ ਸੀ ਆ ਚਲ ਜਾਗੇ ਬਣਾਇਆ
ਮੈਨੂੰ ਕਿਹੜਾ ਸੁਣਿਆ ਜਾਣਾ ਕੰਨਾ ਚਿਹਰਾ ਉਹਨਾਂ ਦਾ ਵੇਖ ਲਿਆ ਹੋਰ ਮੈਂ ਕਹਿੰਦਾ ਹਾਏ ਪਾਪਾ ਕਿਤੇ ਹੁੰਦਾ ਹੁੰਦਾ ਚਾਹ ਹੀ ਜਾਣੇ ਨੇ ਵੀਰੂ ਹੈ ਨਾ ਵੀਰੂ ਜੀ ਦਾ ਮੁੰਡਾ ਨਿੱਕਾ ਮੁੰਡਾ ਨਿੱਕਾ ਨਿੱਕਾ ਸ਼ਰਾਬਾ ਨਹੀਂ ਨਹੀਂ ਮੁੰਡਾ ਨਿੱਕਾ ਗੋ ਮੁੰਡਾ ਗਾਂ ਉਹਦਾ ਮੁੰਡਾ ਨਿੱਕਾ ਅੱਛਾ ਵੀਰੂ ਦਾ ਮੁੰਡਾ ਨਿੱਕਾ ਸ਼ਰਾਬੇ ਦਾ ਕੋਈ ਪਰਿਵਾਰ ਹੈ ਨਹੀਂਗਾ ਉਹ ਬੱਚੇ ਉਹ ਚਲ ਗਏ ਆ ਹਾਂ ਉਹ ਸਾਰੇ ਗਏ ਆ ਤੇ ਇਹੋ ਹੀ ਛੋਟਾ ਰਹਿੰਦਾ ਇਹੋ ਇਹੋ ਹੀ ਹੈ ਮਿਲਖਾ ਸਿੰਘ ਦੀ ਨੂੰਹ ਤੇ ਵਧਾਵਾ ਸਿੰਘ ਦੀ ਭਤੀਜ ਨੂੰ ਹੁਣ ਏਦਾਂ ਮਤਲਬ ਜਿੱਦਾਂ ਹੁਣ ਆਪਾਂ ਇਹਨਾਂ ਦਾ ਨੰਬਰ ਲੈ ਲਈਏ ਚਿੱਠੀ ਚੁੱਠੀ ਨੀ ਪਾਉਂਦੇ ਚਿੱਠੀ ਚੁੱਠੀ ਪਾ ਦਿਆ ਕਰੋ ਇੱਥੇ ਗੱਲ ਹੋ ਜਾਂਦੀ ਵਟਸਐਪ ਨੰਬਰ ਚਾਹੀਦਾ ਉਹਨਾਂ ਨੂੰ ਵਟਸਐਪ ਦਾ ਨੰਬਰ ਆਪਣਾ ਲਿਖਾ ਦਿਓ ਆਪਣਾ ਲਿਖਾ ਦਿਓ ਨੰਬਰ ਕੁਲਵਿੰਦਰ ਦਾ ਤੇ ਹੈਗਾ ਕੁਲਵਿੰਦਰ ਦਾ ਲਿਖਾ ਦਿਓ ਜਿਹੜਾ ਲਿਖੋ ਬੋਲਿਓ ਬੋਲਿਓ ਨੰਬਰ ਆ ਲਿਖਾਓ ਆਪਣਾ ਨੰਬਰ ਜਿਹੜਾ ਨੰਬਰ ਜਿੱਥੋਂ ਕਾਲ ਆ ਰਹੀ ਇਹੋ ਹੀ ਹੈ ਬਸ ਆ ਗਿਆ ਨੰਬਰ ਸਾਡੇ ਕੋਲ ਇਹ ਲਿਖਾ ਦਾਂਗਾ ਮੈਂ ਜਦੋਂ ਫੋਨ ਕੀਤਾ ਇਹ ਨੰਬਰ ਤੇ ਜਿੱਦਾਂ ਜਾਣ ਦੇਣਾ ਠੀਕ ਕੋਈ ਇਹ ਲਿਖਾ ਦਿਓ WhatsApp ਹੈਗਾ ਇਹ ਕੋਲ ਤੇਰੇ ਕੋਲ ਹੈਗਾ ਹੀ ਹੈ ਮੈਂ WhatsApp ਤੇ ਸਾਰੇ ਚੱਲਦੇ ਆ ਹਾਂ ਇਹਨਾਂ ਦਾ ਨੰਬਰ ਵੀ ਲਿਖ ਲਓ ਆਪਣਾ ਨੰਬਰ ਲਿਖਾਓ ਆਪਣਾ ਨੰਬਰ ਲਿਖਾ ਦੇ ਔਰ 9 ਨੰਬਰ ਲਿਖਿਆ 94 ਲਿਖੋ ਜੀ ਚੱਲ ਬੈਠੀ ਹੈ ਇਹ ਇਹ ਕੰਮ ਹੈ ਇਹ ਕਰਾਉਣਾ ਨਹੀਂ ਹਾਂ ਲਿਖਾ ਲਿਖੋ ਨੰਬਰ ਇਹਨਾਂ ਦਾ ਨੰਬਰ ਲਿਖੋ 94 ਚਲੋ ਮੈਂ ਲਿਖਾ ਦਾਂਗਾ ਇਹਨਾਂ ਨੂੰ ਹਾਂ ਸਤਿ ਸ਼੍ਰੀ ਅਕਾਲ ਆਪਣੀ ਸੱਸ ਨਾਲ ਗੱਲ ਕਰ ਲਓ ਹਾਂ ਇਹ ਤੁਹਾਡੀ ਸੱਸ ਹੈ ਮੈਨੂੰ ਕਿਹੜਾ ਸੁਣੀ ਜਾਣੀ ਹੈ ਵਾਹਿਗੁਰੂ ਦਾ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹਾਂਜੀ ਜਿਹੜੇ ਇਹਨਾਂ ਦੇ ਘਰ ਦੇ ਆ ਨਾ ਉੱਥੋਂ ਵਿਆਹ ਕੇ ਲਿਆਂਦੇ ਆ ਟੋਡੇ ਤੋਂ ਹਾਂ ਟੋਡੇ ਤੋਂ ਆਹੋ ਇਹਦੇ ਬੇਬੀ ਕੋਲੇ ਪੇਕੇ ਹਨ ਟੋਡੇ ਹਾਂ ਇਹ ਸਾਡੇ ਸਨ ਉਧਰ ਕਰਦਾ ਚਾਚਿਆਂ ਤੋਂ ਵੇਖ ਸਕਦੇ ਸਨ ਚਾਚਿਆਂ ਦੇ ਸਾਡੇ ਵੀ ਟੋਡੇ ਆਈ ਸਨ ਰਿਸ਼ਤੇਦਾਰ ਅੱਛਾ ਆਹੋ ਇਹਨਾਂ ਦੇ ਚਾਚੇ ਦੇ ਸਹੁਰੇ ਸੀ ਚਾਚੇ ਸਾਡੇ ਸਹੁਰੇ ਸਨ ਉੱਥੇ ਦੋ ਚਾਚੇ ਦੇ ਆਏ ਸਨ ਚਲੋ ਠੀਕ ਹੈ ਜੀ ਹਾਂਜੀ ਅੱਛਾ ਜੀ
ਕਰਤਾਰਪੁਰ ਅੱਛਾ ਤੇ ਉੱਥੇ ਆ ਕੇ ਮਿਲਾਂਗੇ ਫਿਰ ਚਲੋ ਠੀਕ ਆ ਠੀਕ ਹੈ ਠੀਕ ਆ ਠੀਕ ਆ ਆਓ ਤੇ ਨਾ ਮੈਂ ਤੁਹਾਨੂੰ ਜਲਦੀ ਆ ਜਾਈਏ ਠੀਕ ਆ ਸਮਾਂ ਬਣਾਓ ਜੀ ਕੱਪੜੇ ਜੀ ਹਲਕਾ ਤੁਹਾਡੇ ਆ ਠੀਕ ਆਓ ਉੱਥੇ ਦੇਖ ਉੱਥੇ ਮਿਲਾਂਗੇ ਫਿਰ